ਅੱਜ ਦੇ ਵਲੋਗ ਦਾ ਆਗਾਜ਼ ਕਰਦੇ ਹਾਂ। ਅੱਜ ਬਣਾਉਣ ਲੱਗੇ ਹਾਂ ਮੂਲੀ ਵਾਲੇ ਪਰਾਂਠੇ। ਸਭ ਤੋਂ ਪਹਿਲੇ ਆਪਾਂ ਮੂਲੀਆਂ ਨੂੰ ਛਿੱਲ ਕੇ ਕੱਦੂਕਸ ਕਰਦੇ ਹਾਂ, ਫਿਰ ਉਸ ਤੋਂ ਬਾਅਦ ਬਣਾਵਾਂਗੇ ਇਹਨਾਂ ਦੇ ਮਜ਼ੇਦਾਰ ਜਿਹੇ ਪਰਾਂਠੇ। ਮੈਂ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਹੈ। ਵਲੋਗ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਇੱਕ ਗੱਲ ਕਰਦੇ ਹਾਂ ਤੁਹਾਡੇ ਨਾਲ, ਬਹੁਤ ਹੀ ਜ਼ਰੂਰੀ, ਅਤੇ ਜ਼ਰਾ ਹੋਰ ਨਾਲ ਸੁਣੀਓ ਵੀ। ਇੱਕ ਤੁਹਾਡੇ ਨਾਲ ਮੈਂ ਇੱਕ ਚੀਜ਼ ਸ਼ੇਅਰ ਕਰਦੀ ਹਾਂ, ਪਹਿਲੇ ਮੈਂ ਖੁਦ ਅਜ਼ਮਾਈ ਆ, ਫਿਰ ਹੀ ਤੁਹਾਡੇ ਨਾਲ ਕਰਨੀ ਸੀ। ਦੱਸਣੀ ਤਾਂ ਤੁਹਾਨੂੰ ਮੈਂ ਬੜੀ ਦੇਰ ਪਹਿਲਾਂ ਸੀਗੀ, ਲੇਕਿਨ ਤੁਹਾਨੂੰ ਪਤਾ ਟਾਈਮ ਹੀ ਨਹੀਂ ਮਿਲਿਆ। ਅੱਜ ਤੁਹਾਨੂੰ ਪਤਾ ਫਿਰ ਮੂਲੀਆਂ ਨੂੰ ਕੱਦੂਕਸ ਕਰਨਾ ਸੀਗਾ ਅਤੇ ਨਾਲੇ ਪਰੌਂਠੇ ਬਣਾਉਣੇ ਸੀਗੇ, ਟਾਈਮ ਹੈਗਾ ਸੀਗਾ, ਅਤੇ ਚੱਲ ਮੈਂ ਕਿਹਾ ਅੱਜ ਕਰਦੀ ਹਾਂ। ਮੈਂ ਤੁਹਾਡੇ ਨਾਲ ਇੱਕ ਗੇਮ ਸ਼ੇਅਰ ਕਰਨ ਲੱਗੀ ਹਾਂ, ਉਸ ਗੇਮ 'ਤੇ ਮੈਨੂੰ ਮਹੀਨਾ ਹੋ ਗਿਆ ਕੰਮ ਕਰਦੀ ਨੂੰ। ਉਹਦਾ ਨਾਮ ਆ K1। K1 ਗੇਮ ਆ ਜਿਹਦੇ ਉੱਤੋਂ ਤੁਸੀਂ ਨਾ ਰੋਜ਼ਾਨਾ ਦਾ 5-6 ਹਜ਼ਾਰ ਰੁਪਇਆ ਕਮਾ ਸਕਦੇ ਹੋ, ਅਤੇ ਨਾ ਕੋਈ ਰਿਸਕ ਨਾ ਵਾਸਤਾ। ਸਬੂਤ ਨਾਲ ਗੱਲ ਕਰਦੀ ਹਾਂ ਅਤੇ ਦੇਖੋ ਮੇਰੇ ਅਕਾਊਂਟ 'ਚ ਕਿੰਨੇ ਪੈਸੇ ਹੋ ਗਏ K1 ਗੇਮ ਤੋਂ। ਮੈਂ ਤੁਹਾਨੂੰ ਆਪਣਾ ਅਕਾਊਂਟ ਖੋਲ੍ਹ ਕੇ ਦਿਖਾਉਂਦੀ ਹਾਂ K1 ਗੇਮ ਦਾ, ਇਹਦੇ ਵਿੱਚ ਬੈਲੈਂਸ ਕਿੰਨਾ। ਆਹ ਦੇਖੋ, ਆਹ K1 ਗੇਮ ਖੁੱਲ੍ਹ ਗਈ ਆਪਣੀ। ਆਹ ਦੇਖੋ ਤੁਹਾਡੀਆਂ ਅੱਖਾਂ ਦੇ ਸਾਹਮਣੇ ਮੇਰਾ ਆਹ ਦੇਖੋ ਬੈਲੈਂਸ ਆ। ਆਹ ਦੇਖੋ ਨੀਚੇ ਆ ਗਿਆ 25,730 ਰੁਪਈਏ। ਆਹ ਵਾ ਮੇਰਾ ਬੈਲੈਂਸ ਜਿਹੜਾ K1 ਗੇਮ ਦੇ ਵਿੱਚ। ਆਹ ਗੌਰ ਨਾਲ ਦੇਖ ਲਓ, ਇਹ ਜੈਜ਼ ਕੈਸ਼ ਈਜ਼ੀ ਪੈਸੇ ਦੇ ਥਰੂ ਮੈਂ ਜਦੋਂ ਮਰਜ਼ੀ ਕਰ ਸਕਦੀ ਹਾਂ। ਤੁਸੀਂ ਕਹਿੰਦੇ ਹੋਣਗੇ ਹੁਣ K1 ਗੇਮ ਮਿਲੂਗੀ ਕਿੱਥੋਂ? K1 ਗੇਮ ਦਾ ਨਾ ਲਿੰਕ ਸਾਡੀ ਆ ਜਿਹੜੀ ਵੀਡੀਓ ਨਾ ਇਹਦੇ ਡਿਸਕ੍ਰਿਪਸ਼ਨ ਦੇ ਵਿੱਚ ਪਿਆ ਹੋਊਗਾ, ਉੱਥੋਂ ਤੁਸੀਂ ਲੈ ਸਕਦੇ ਹੋ। ਡਿਸਕ੍ਰਿਪਸ਼ਨ ਦੇ ਨਾਲ ਨਾਲ ਤੁਸੀਂ ਜਿੱਥੇ ਕਮੈਂਟ ਕਰਦੇ ਹੋ ਨਾ ਤੇ ਤੁਸੀਂ ਉੱਥੋਂ ਵੀ ਲੈ ਸਕਦੇ ਹੋ। ਜਦੋਂ ਤੁਸੀਂ ਇਸ ਗੇਮ ਨੂੰ ਰਜਿਸਟਰ ਕਰਨਾ ਨਾ, ਨਾਲ ਹੀ ਤੁਹਾਨੂੰ 100 ਰੁਪਇਆ ਮਿਲ ਜਾਣਾ, ਬਗੈਰ ਰਿਸਕ ਤੋਂ ਤੁਹਾਨੂੰ 100 ਰੁਪਇਆ ਮਿਲ ਜਾਣਾ। ਹੈ ਨਾ ਮਜ਼ੇ ਦੀ ਗੱਲ, ਤੁਸੀਂ ਉਦੋਂ ਹੀ ਉਹਨੂੰ ਕੱਢ ਸਕਦੇ ਹੋ 100 ਰੁਪਏ ਨੂੰ ਉਸੇ ਟਾਈਮ। ਔਰ ਜੇ ਤੁਸੀਂ ਕਿਸੇ ਆਪਣੀ ਸਹੇਲੀ ਨੂੰ, ਕਿਸੇ ਨੂੰ ਵੀ, ਖਾਲਾ ਨੂੰ, ਮਾਸੀ ਨੂੰ, ਸਹੇਲੀ ਨੂੰ, ਚਾਚੀ ਨੂੰ, ਜਿਹਨੂੰ ਵੀ ਤੁਸੀਂ ਕਰਾਣੀ ਹੈ ਨਾ, ਮੈਂ ਕਿਹਾ ਜੇ ਤੁਸੀਂ ਆਪਣੇ ਰੈਫਰਲ ਕੋਡ ਦੇ ਨਾਲ ਕਿਸੇ ਨੂੰ ਵੀ ਰਜਿਸਟਰ ਕਰਵਾ ਲਓ ਨਾ ਇਹ ਗੇਮ ਤੇ ਮੈਂ ਕਿਹਾ ਤੁਹਾਨੂੰ 600 ਰੁਪਇਆ ਮਿਲੇਗਾ, ਤੇ ਬਗੈਰ ਕਿਸੇ ਰਿਸਕ ਤੋਂ ਉਸੇ ਟਾਈਮ ਕਰਕੇ ਵੇਖੋ ਤਾਂ, ਤੇ ਤੁਸੀਂ ਉਸੇ ਟਾਈਮ ਉਹ ਵੀ 600 ਰੁਪਇਆ ਕੱਢ ਕਰ ਸਕਦੇ ਹੋ ਜੈਜ਼ ਕੈਸ਼ ਦੇ ਥਰੂ। ਆਹ ਜਿਹੜੇ ਸਬਸਕ੍ਰਿਪਸ਼ਨ ਕਾਰਡ ਹੈ ਨੂੰ ਬਾਏ ਕਰਕੇ ਨਾ ਤੁਸੀਂ ਇਹਨਾਂ ਤੋਂ ਵੀ ਤੁਸੀਂ ਪ੍ਰੋਫਿਟ ਕਮਾ ਸਕਦੇ ਹੋ। ਜਾਂ ਵਾਊਚਰ ਜਾਂ ਮੀਨਸ ਜੈਸੀ ਗੇਮਸ ਵੀ ਤੁਸੀਂ ਰੋਜ਼ਾਨਾ ਖੇਲ ਕੇ ਨਾ 5-6 ਹਜ਼ਾਰ ਕਮਾ ਸਕਦੇ ਹੋ। K1 ਗੇਮ ਤੇ ਮੈਂ ਐਜ ਏ ਏਜੰਟ ਵੀ ਕੰਮ ਕਰਨ ਦਈ ਹਾਂ, ਜਿਹਦੇ ਤੋਂ ਬੰਦਾ ਨਾ ਵੀਕਲੀ 50,000 ਰੁਪਇਆ ਕਮਾ ਸਕਦਾ। ਮੈਂ ਐਜ ਏ ਏਜੰਟ ਵੀ ਕੰਮ ਕਰਨ ਦਈ ਹਾਂ ਤੇ ਮੇਰੀ ਵੀਕਲੀ 50,000 ਰੁਪਇਆ ਸੈਲਰੀ ਵੀ ਆ। ਬੜਾ ਹੀ ਆਸਾਨ ਕੰਮ ਆ, ਇੱਕ ਦਫ਼ਾ ਲਾਜ਼ਮੀ ਮੇਰੇ ਕਹਿਣ ਤੇ ਤੁਸੀਂ ਟਰਾਈ ਕਰ ਲਿਓ। ਮੈਂ ਕਿਹਾ ਲਾਜ਼ਮੀ ਇਸ ਗੇਮ ਨੂੰ ਨਾ ਆਪਣੇ ਮੋਬਾਈਲਾਂ ਦੇ ਉੱਤੇ ਰਜਿਸਟਰ ਕਰ ਲਓ ਤੇ ਫਟਾਫਟ ਕਰੋ, ਡਾਊਨਲੋਡ ਕਰੋ ਤੇ ਕੰਮ ਕਰੋ, ਫੇਰ ਨਾ ਕਹੀਓ ਕਿ ਬਾਜੀ ਨੇ ਤੁਹਾਨੂੰ ਦੱਸਿਆ ਨੀ। ਗੱਲਾਂ ਤੇ ਹੁੰਦੀਆਂ ਹੀ ਰਹਿਣਗੀਆਂ, ਹੁਣ ਆਪਾਂ ਆਪਣਾ ਕੰਮ ਵੀ ਕਰ ਲਈਏ। ਮੂਲੀਆਂ ਕੱਦੂਕਸ਼ ਆਪਾਂ ਕਰ ਲਈਆਂ ਵਾ ਤੇ ਥੋੜਾ ਜਿਹਾ ਪਿਆਜ਼ ਕੱਟਦੇ ਆ, ਫਿਰ ਇਹਦਾ ਮਸਾਲਾ ਬਣਾਉਂਦੇ ਆ ਤੇ ਫਿਰ ਇਹਨਾਂ ਨੂੰ ਨਾ ਪਰਾਠਿਆਂ 'ਚ ਪਾਉਂਦੇ ਆ। ਦੋ ਚਮਚ ਆਪਾਂ ਬੇਸਣ ਦੇ ਪਾ ਦਿੰਦੇ ਹਾਂ, ਆਪਾਂ 2 ਚਮਚ ਬੇਸਣ ਦੇ ਪਾ ਤੇ ਭਰ ਕੇ। ਆਪਣਾ ਨਾ ਬਰਤਨ ਛੋਟਾ ਸੀ, ਮੈਂ ਕਿਹਾ ਬਹੁਤ ਆ, ਲੇਕਿਨ ਹੁਣ ਉਹ ਛੋਟਾ ਸੀ, ਲੇਕਿਨ ਚਲੋ ਕੋਈ ਨਾ, ਹੁਣ ਪਾ ਦਈਏ ਕੱਟ ਕੇ ਹਰਾ ਧਨੀਆ ਜਿਹੜਾ ਆਪਾਂ ਧੋ ਕੇ ਰੱਖਿਆ ਹੋਇਆ ਸੀ। ਮੂਲੀਆਂ ਦਾ ਮਸਾਲਾ ਤਿਆਰ ਹੋ ਗਿਆ ਤੇ ਹੁਣ ਇਹਨੂੰ ਆਪਾਂ ਨੀਚੇ ਲਾ ਲਈਏ ਠੰਡਾ ਕਰਨ ਵਾਸਤੇ। ਆ ਦੇਖੋ ਇਹਨੂੰ ਆਪਾਂ ਪਲੇਟ ਚ ਕੱਢ ਲੈਣੇ ਆ ਨਾ, ਥੋੜਾ ਜਿਹਾ
ਫਰਿੱਜ ਚ ਰੱਖ ਦਿੱਤਾ, ਜਿੰਨੀਆਂ ਕੁ ਪੱਕਣਗੀਆਂ ਰੋਟੀਆਂ। ਪੇੜੇ ਕਰ ਲਈਏ ਆਪਾਂ। ਅੱਛਾ ਪੁੱਤ, ਹੁਣ ਆਪਾਂ ਮੂਲੀਆਂ ਵਾਲੀਆਂ ਰੋਟੀਆਂ ਬਣਾ ਲਈਏ। ਟੁੱਟ ਗਿਆ ਪੇ, ਗਰਮ ਤਾਂ ਪਿਆ ਵਾ, ਚੁੱਕਣਾ ਹੀ ਆ। ਪਹਿਲਾ ਪਰਾਠਾ ਪਕਾਇਆ ਉਹੀ ਟੁੱਟ ਗਿਆ। ਅੱਜ ਸਾਡੇ ਬਾਰਿਸ਼ ਇੰਨੀ ਜ਼ਿਆਦਾ ਹੋਈ ਹੈ, ਇੱਕਦਮ ਕਾਲਾ ਸਿਆਹ ਬੱਦਲ ਹੋ ਗਿਆ ਤੇ ਬਾਰਿਸ਼ ਆ ਗਈ, ਤੇ ਫਿਰ ਮੇਰਾ ਦਿਲ ਕਰੇ ਜਾਂ ਪਕੌੜੇ ਕੱਢਾਂ ਜਾਂ ਮੂਲੀਆਂ ਵਾਲੇ ਪਰਾਠੇ ਪਕਾਵਾਂ। ਤੇ ਮੈਂ ਕਿਹਾ ਚਲੋ ਬੱਚਿਆਂ ਨੂੰ ਮੂਲੀਆਂ ਵਾਲੇ ਪਰਾਠੇ ਹੀ ਪਕਾ ਦਿੰਦੇ ਹਾਂ, ਬੱਚੇ ਵੀ ਰਾਜ਼ੀ ਕਰਨੇ ਪੈਂਦੇ ਹੀ ਆ, ਨਾਲੇ ਵੈਸੇ ਵੀ ਅੱਜ ਜੁਮਾ ਮੁਬਾਰਕ ਦਾ ਦਿਨ ਸੀ। ਮੈਂ ਕਿਹਾ ਚਲੋ ਅੱਜ ਫਿਰ ਚਲੋ
ਚਾਵਲ ਬਣਾਉਣੇ ਸੀਗੇ ਦਿਨ, ਫਿਰ ਮੈਂ ਕਿਹਾ ਚਲੋ ਬਾਰਿਸ਼ ਪਈ, ਚਾਵਲਾਂ ਨੂੰ ਰਹਿਣ ਦਿੰਦੇ ਹਾਂ, ਮੂਲੀਆਂ ਵਾਲੇ ਪਰਾਠੇ ਬਣਾਉਂਦੇ ਹਾਂ, ਮਜ਼ੇਦਾਰ ਜਿਹਾ ਕੰਮ ਕਰਦੇ ਹਾਂ, ਕੋਈ ਨਵਾਂ ਹੀ। ਕਿੰਨੇ ਬਣ ਗਏ ਨੇ ਜਾਂ 5-6? ਬੜੇ ਹੋਏ, ਭੁੱਖ ਨਹੀਂ ਲੱਗੀ ਹੁਣ? ਤੈਨੂੰ ਤਾਂ ਲੱਗੀ ਰਹਿੰਦੀ ਹੈ, ਚੁੱਪ ਵੀ ਕਰ ਜਾ, ਗੈਸ ਵੀ ਘੜੀ ਆਣਾ ਬੰਦ ਹੋਏ ਨਾ। ਆਖਰੀ ਪਰਾਠਾ ਮੂਲੀ ਵਾਲਾ ਵਾ ਤੇ ਉੱਪਰੋਂ ਸਾਡਾ ਗੈਸ ਵੀ ਚੱਲਾ, ਬਿਲਕੁਲ ਹਲਕਾ ਹਲਕਾ ਗੈਸ ਆਣ ਦਿਆ, ਮੈਂ ਕਿਹਾ ਰੋਟੀ ਪੱਕ ਜਾਵੇ, ਆਖਰੀ ਰੋਟੀ ਆ। ਆ ਦੇਖੋ ਇੱਕ ਪਰਾਠਾ ਰਹਿ ਗਿਆ ਵਾ, ਦੇਖੋ ਪੇੜੇ ਰਹਿ ਗਏ ਆ, ਪਰਾਠਾ ਪਕਾਉਣਾ ਸੀਗਾ ਲੇਕਿਨ ਹੁਣ ਗੈਸ ਬਿਲਕੁਲ ਹਲਕਾ ਹਲਕਾ, ਮੈਂ ਕਿਹਾ ਚੱਲ ਹੁਣ ਜਿਹੜਾ ਪਾਇਆ ਉਹ ਤਾਂ ਪੱਕੇ। ਇੱਥੇ ਇੱਕ ਲੱਕੜੀ ਜੀ ਪਈ ਸੀਗੀ, ਆ ਦੇਖੋ ਜੀ ਸਾਡੇ 2 ਤੇ 2 4 ਤੇ 1 5, ਜਿਹੜਾ ਹਜੇ ਪਰਾਠਾ ਪੱਕਿਆ ਨਹੀਂ, ਆ ਦੇਖੋ ਅਸੀਂ ਤਾਂ ਇਹਨੂੰ ਥਲ ਥਲ ਕੇ ਵੀ ਥੱਕ ਗਏ ਹਾਂ, ਜਾਓ ਤਾਂ ਦੋ ਇੱਕ ਦੋ ਲੱਕੜੀ ਲਾ ਲਿਆ, ਲੱਕੜੀਆਂ ਵੀ ਗਿੱਲੀਆਂ, ਥੋੜੀ ਜਿਹੀ ਕਾਲੀ ਮਿਰਚ ਪਾ ਲਈ, ਨਮਕ, ਇੱਕ ਗਲਾਸ ਪਾਣੀ ਪਾ ਲਿਓ। ਤੇ ਪਾਣੀ ਨਾ ਪਾਈਓ, ਥੋੜਾ ਜਿੰਨਾ ਨਮਕ ਪਾ ਲਈਏ, ਉਹ ਗੈਸ ਵੀ ਬੁਝ ਗਿਆ ਵੱਲ, ਗੈਸ ਬੰਦ ਹੋ ਗਿਆ, ਸਾਡੀ ਰੋਟੀ ਵਿੱਚੇ ਹੀ ਰਹਿ ਗਈ ਆ, ਹੁਣ ਸਿਲੰਡਰ ਦੇ ਉੱਤੇ ਕਿਸੇ ਦੇ ਘਰ ਜਾ ਕੇ ਇਹਨੂੰ ਸੇਕ ਲਵਾਨੇ ਆ, ਤੇ ਆਹ ਰੋਟੀਆਂ ਪੱਕੀਆਂ ਵਾ, ਥੋੜਾ ਜਿੰਨਾ ਦਹੀਂ ਆ, ਮੈਂ ਕਿਹਾ ਬੱਚੇ ਖਾ ਲੈਣ, ਆਪਣੀ ਖੈਰ ਆ ਕਿਉਂਕਿ ਰੋਟੀਆਂ ਥੋੜੀਆਂ ਪੱਕੀਆਂ। ਇਹ ਸੀ ਸਾਡਾ ਅੱਜ ਦਾ ਵਲੋਗ, ਉਮੀਦ ਕਰਦੇ ਤੁਹਾਨੂੰ ਅੱਛਾ ਲੱਗਿਆ ਹੋਊਗਾ, ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ, ਸਬਸਕ੍ਰਾਈਬ ਕਰਿਓ, ਅੱਲਾ ਹਾਫਿਜ਼। ਤੇ ਗੈਸ ਵਾਲਿਆਂ ਨੂੰ ਵੀ ਕੋਈ ਹਦਾਇਤ ਰੱਬ ਦੇ ਦੇਵੇ ਕਿ ਜੇ ਅੱਧਾ ਘੰਟਾ ਵੱਧ ਛੱਡ ਦੋਗੇ ਕੀ ਹੋ ਜਾਊਗਾ ਤੁਹਾਡਾ, 2 ਘੰਟੇ ਤਾਂ ਐਵੇਂ ਘੰਟਾ ਟਾਈਮ ਲੰਘ ਜਾਂਦਾ, ਆਟਾ ਉੱਟਾ ਗੁੰਨਣ ਲੱਗੇ, ਸਾਰਾ ਕੰਮ ਕਰਨ ਲੱਗੇ।